ਆਪਣੇ ਸੈਂਟਰਲ ਗਵਰਨਮੈਂਟ ਨੇ ਭਾਵੇਂ ਜਿਹੜਾ ਹੈ ਨਾ ਉਹ ਜਿਹੜਾ ਉਹ ਚੀਂ ਚੀਂ ਕਰਦੇ ਉਹ ਇਹ ਗੱਲ ਮੰਨੀ ਹੈ ਪਰ ਮੰਨ ਲਈ ਹੈ ਹੁਣ ਉਹ ਕੀ ਕਹਿੰਦੇ ਦੇਰ ਆਏ ਦਰੁਸਤ ਆਏ ਪਰ ਉਹਦੇ ਨਾਲ ਹੀ ਨਾ ਜਿਹੜੀ ਇੱਕ ਉਹ ਪੰਜਾਬੀ ਦੀ ਬੜੀ ਕਰੂੜ ਜੀ ਮਿਸਾਲ ਹੈਗੀ ਨਾ ਕਿ ਬੱਕਰੀ ਦੁੱਧ ਵੀ ਦਿੱਤਾ ਤੇ ਮੇਂਗਣਾ ਪਾ ਕੇ ਦਿੱਤਾ ਬੱਕਰੀ ਦੀ ਗੱਲ ਤੇ ਹੋਦੀ ਸੀ ਤੇ ਉਹਦੇ ਵਿੱਚ ਜਿਹੜਾ ਨਾ ਉਹ ਨਾ ਕੈਵੀਆ ਇਸ ਤਰ੍ਹਾਂ ਦੇ ਯੂਜ ਕਰ ਰਹੇ ਆ ਮਤਲਬ ਗੱਲ ਹੈ ਵੀ ਉਹ ਜਿਹੜਾ ਹੈ ਨਾ ਉਹ ਜਿਹੜਾ ਟਰਸਟ ਡੈਫਿਸਿਟ ਹੈ ਨਾ ਉਹ ਦੈਟ ਇਜ਼ ਸਟਿਲ ਦੇਅਰ ਤੇ ਇਹ ਹੈ ਵੀ ਚਲੋ ਉਹਨਾਂ ਨੇ ਜਿਹੜੀ ਕੀ ਕਹਿੰਦੇ ਹੁੰਦੇ ਆ ਇੱਕ ਸਰਕਾਰ ਦੀ ਨੀਤੀ ਬਣਾਉਂਦੀ ਹੈ ਇੱਕ ਸਰਕਾਰ ਦੀ ਨੀਅਤ ਹੁੰਦੀ ਹੈ ਇੱਕ ਤਾਂ ਪੋਲਿਸੀਜ਼ ਹੁੰਦੀਆਂ ਇੱਕ ਇੰਟੈਂਸ਼ਨ ਹੁੰਦੀ ਹੈ ਇਹ ਨੀਤੀ ਦੇ ਵਿੱਚ ਤਾਂ ਉਹਨਾਂ ਨੇ ਸੁਧਾਰ ਆਪਣਾ ਕਰ ਲਿਆ ਤੇ ਦੇ ਆਰ ਕਮਿੰਗ ਰਾਊਂਡ ਟੂ ਯੂ ਨੋ ਟੂ ਮੀਟ ਦ ਫਾਰਮਰਸ ਐਂਡ ਐਗਰੀ ਵਿਦ ਦੈਮ ਜਿਹੜੇ ਬੇਸਿਕ ਇਸ਼ੂ ਸੀ ਤਿੰਨ ਲਾਸ ਦਾ ਜਿਹੜਾ ਬਲੈਕ ਲਾਸ ਦਾ ਬੜਾ ਵੱਡਾ ਇਸ਼ੂ ਸੀ ਔਰ ਬੜਾ ਵੱਡਾ ਇਸ਼ੂ ਬਣਾਈ ਰੱਖਿਆ ਉਹਨਾਂ ਨੇ ਔਰ ਹੈ ਵੀ ਇਹ ਬੜਾ ਵੱਡਾ ਸੀ ਕਿਉਂਕਿ ਇਹ 100 ਸਾਲ ਬਾਅਦ ਇਸ ਤਰ੍ਹਾਂ ਹੋਇਆ ਇੱਕ ਵਾਰ 1907 ਵਿੱਚ ਬ੍ਰਿਟਿਸ਼ ਸਰਕਾਰ ਨੇ ਉਹ ਤਿੰਨ ਕਾਨੂੰਨ ਜਿਹੜੇ ਵਾਪਸ ਲਏ ਸੀ ਜਦੋਂ ਪਗੜੀ ਸੰਭਾਲ ਜੱਟਾਂ ਦਾ ਮੋਰਚਾ ਲੱਗਾ ਸੀ ਦੈਟ ਵਾਜ਼ ਦਾ ਮੋਸਟ ਪਾਵਰਫੁਲ ਯੂ ਨੋ ਐਮਪਾਇਰ ਇਨ ਦਾ ਵਰਲਡ ਐਟ ਦੈਟ ਟਾਈਮ ਜਦੋਂ ਪਗੜੀ ਸੰਭਾਲ ਜੱਟਾਂ ਦੇ ਮੋਰਚੇ ਨੇ ਉਹਨਾਂ ਨੂੰ ਮਜਬੂਰ ਕੀਤਾ ਸੀ ਉਹ ਕਾਨੂੰਨ ਵਾਪਸ ਲੈਣ ਲਈ ਉਸ ਤੋਂ ਬਾਅਦ ਇਹ ਹੁਣ ਜਿਹੜਾ ਆ ਉਹ 100 ਸਾਲ ਤੋਂ ਜ਼ਿਆਦਾ ਦੇਰ ਬਾਅਦ ਜਿਹੜਾ ਉਹ ਉਸੇ ਤਰ੍ਹਾਂ ਦੇ ਤਿੰਨੇ ਕਾਨੂੰਨ ਕਾਲੇ ਕਾਨੂੰਨ ਜਿਹਨਾਂ ਨੂੰ ਕਹਿੰਦੇ ਤੇ ਉਹਨਾਂ ਨੇ ਵਾਪਸ ਲਾਇਆ ਔਰ ਉਹਦੇ ਵਿੱਚ ਬੜੀ ਦਿਲਚਸਪ ਗੱਲ ਇਹ ਆ ਕਿ ਸਰਕਾਰ ਨੇ ਜਿਹੜਾ ਉਹ ਉਸ ਹਿਸਟਰੀ ਤੋਂ ਕੁਝ ਨਹੀਂ ਸਿੱਖਿਆ ਪਰ ਕਿਸਾਨ ਮੂਵਮੈਂਟ ਨੇ ਜੋ ਕੁਝ ਉਸ ਤੋਂ ਸਿੱਖਿਆ ਔਰ ਜਿੰਨੀ ਪਰਫੈਕਸ਼ਨ ਦੇ ਨਾਲ ਜਿੰਨੀ ਸੋਫਿਸਟੀਕੇਸ਼ਨ ਦੇ ਨਾਲ ਜਿੰਨੀ ਫਾਰ ਸਾਈਟਡ ਦੇ ਨਾਲ ਸਾਈਟਡਨੈਸ ਦੇ ਨਾਲ ਇਹਨੂੰ ਅੱਗੇ ਵਧਾਇਆ ਉਹਨਾਂ ਨੇ ਇੱਕ ਇੱਕ ਸਟੇਟ ਤੋਂ ਲੈ ਕੇ ਉਹਨੂੰ ਇੰਟਰ ਸਟੇਟ ਇੰਡੀਆ ਤੌਰ ਤੇ ਨਹੀਂ ਉਹਨਾਂ ਨੇ ਇੰਟਰਨੈਸ਼ਨਲ ਇਸ਼ੂ ਇਹਨੂੰ ਬਣਾ ਦਿੱਤਾ ਔਰ ਇਟ ਹੈਜ਼ ਬਿਕਮ ਏ ਹਿਸਟੋਰਿਕ ਪੀਸਫੁਲ ਪ੍ਰੋਟੈਸਟ ਦ ਲੌਂਗੈਸਟ ਵਨ ਪ੍ਰੋਬੇਬਲੀ ਵਿਚ ਇਵੈਂਚੁਅਲੀ ਆਈ ਥਿੰਕ ਵਿਲ ਫਾਈਂਡ ਏ ਪਲੇਸ ਇਨ ਦ ਗਿਨਸ ਬੁੱਕ ਆਫ ਰੈਕੋਰਡਸ ਯਾ ਯੂ ਆਰ ਰਾਈਟ ਓਕੇ ਗੁਪਤਾ ਜੀ ਗੋ ਅਹੈਡ ਮੈਂ ਸਮਝਦਾ ਕਿ ਜਿਹੜੀ ਇੰਡੀਆ ਇੰਡੀਅਨਸ ਐਜ਼ ਅ ਇੰਡੀਆ ਐਜ਼ ਅ ਨੇਸ਼ਨ ਔਰ ਇੰਡੀਆ ਐਜ਼ ਅ ਸਟੇਟ ਹੈ ਉਹਦੀ ਇਹ ਇੰਟਲੈਕਚੁਅਲ ਬੈਂਕਰਪਸੀ ਹੈ ਕਿ ਇੱਕ ਤੁਸੀਂ ਬਿੱਲ ਲਿਆਓ ਤੁਸੀਂ ਮੈਸੀ ਮੈਜੋਰਿਟੀ ਜਿੱਤੀ ਮੈਸੀ ਮੈਂਡੇਟ ਜਿੱਤਿਆ ਫਿਰ ਤੁਸੀਂ ਸਾਲ ਬਾਅਦ ਉਹਨੂੰ ਵਿਡਰਾ ਕਰ ਲਓ ਇਟ ਪ੍ਰੂਵਸ ਕਿ ਇੰਡੀਅਨ ਸਟੇਟ ਕਿੰਨੀ ਕਿੰਨੀ ਮਿਸਅੰਡਰਸਟੈਂਡ ਕਰਦੀ ਹੈ ਹੈਪਨਿੰਗਸ ਬਿਕੋਜ਼ ਮੈਂ ਸਮਝਦਾ ਸਟੇਟ ਉਹ ਹੁੰਦੀ ਹੈ ਜਿਹੜੀ 5 ਸਾਲ ਦੇਖੇ ਵਟ ਇਜ਼ ਗੋਇੰਗ ਟੂ ਹੈਪਨ ਸੋ ਇੰਡੀਅਨ ਸਟੇਟ ਜਿਹੜੀ ਹੈ ਵਰਚੁਅਲੀ ਇਸ ਇਸ਼ੂ ਤੇ ਮਤਲਬ ਉਹਨਾਂ ਦਾ ਬਹੁਤ ਡਾਊਨ ਹੋਇਆ ਔਰ ਇਟ ਇਜ਼ ਗੁੱਡ ਫੋਰ ਦੀ ਪੀਪਲ ਆਫ ਇੰਡੀਆ ਇਨ ਦੀ ਸੈਂਸ ਕਿ ਜਿਹੜੀ ਜਿਹੜੀ ਇੰਡੀਅਨ ਸਟੇਟ ਇਹ ਸਮਝਦੀ ਸੀ ਕਿ ਅਸੀਂ ਜਿਹੜੇ ਨੇ ਮਜੋਰਟੀ 'ਚ ਪਾਵਰ 'ਚ ਆ ਗਏ ਅਸੀਂ ਇੱਕ ਮੈਨੀਪੁਲੇਸ਼ਨ ਵਾਲ ਪਾਵਰ 'ਚ ਆ ਗਏ ਉਹ ਬਹੁਤ ਡਾਊਨ ਹੋਇਆ ਇਟ ਇਜ਼ ਗੁੱਡ ਫੋਰ ਦਾ ਪੀਪਲ ਆਫ ਇੰਡੀਆ ਬਿਕੋਜ਼ ਇਨ ਫਿਊਚਰ ਕੋਈ ਵੀ ਜੋ ਪਾਵਰ 'ਚ ਆਏਗਾ ਨਾ ਉਹ ਇੱਦਾਂ ਦੇ ਰੋਂਗ ਸਟੈਪ ਨਹੀਂ ਲਏਗਾ ਨੰਬਰ 1 ਨੰਬਰ 2 ਮੈਂ ਸਮਝਦਾ ਕਿ ਇਹ ਇਸ਼ੂ ਟੈਂਪਰੇਰੀ ਰਿਜ਼ੋਲਵ ਹੋਇਆ ਇਹ ਇਸ਼ੂ ਟੈਂਪਰੇਰੀ ਰਿਜ਼ੋਲਵ ਹੋਇਆ ਤਿੰਨ ਜਿਹੜੇ ਲਾਅ ਸੀ ਉਹ ਜੇ ਲਾਜ ਹੋ ਵੀ ਜਾਂਦੇ ਨੇ ਇੰਪਲੀਮੈਂਟੇਸ਼ਨ ਬਹੁਤ ਪ੍ਰੋਬਲਮ ਸੀ ਕਿਉਂ ਕਿਉਂਕਿ ਸਟੇਟਾਂ 'ਚ ਇੱਕ ਯੂਨੀਫਾਈਡ ਗੌਰਮੈਂਟ ਨਹੀਂ ਹੈ ਇੰਡੀਆ 'ਚ 16 ਸਟੇਟਾਂ ਰੀਜਨਲ ਪਾਰਟੀਆਂ ਰੂਲ ਕਰਦੀਆਂ ਤੇ ਉਹ ਲਾਅ ਬਣ ਵੀ ਜਾਣਾ ਇੰਪਲੀਮੈਂਟ ਹੀ ਨਹੀਂ ਹੁੰਦੇ ਸੋ ਮੈਂ ਸਮਝਦਾ ਜਿਹੜੇ ਲਾਅ ਵਿਡਰਾ ਹੋਏ ਨਾ ਇਹ ਇੱਕ ਫੇਜ਼ ਹੈ ਹੁਣ ਜਿਹੜਾ ਨੈਕਸਟ ਸਟੈਪ ਆਉਣਾ ਨਾ ਜਿਹੜਾ ਅਸਲੀ ਸੰਘਰਸ਼ ਸ਼ੁਰੂ ਹੋਣਾ ਹੈ ਅਸਲੀ ਲੜਾਈ ਸ਼ੁਰੂ ਹੋਣੀ ਹੈ ਉਹ ਮਿਨੀਮਮ ਸਪੋਰਟ ਪ੍ਰਾਈਸ ਤੇ ਹੋਣੀ ਹੈ ਔਰ ਉਹ ਕਿੱਦਾਂ ਰਿਜ਼ੋਲਵ ਹੋਏਗੀ ਸਾਲ ਲੱਗੂ 2 ਸਾਲ ਲੱਗੂ ਉਹ ਬੜਾ ਲੰਬਾ ਸੰਘਰਸ਼ ਹੈ ਉਹ ਕੰਸਿਸਟੈਂਟ ਹੈ ਔਰ ਕੰਟੀਨਿਊਸ ਰਹੇਗਾ ਮੇਰੇ ਵਾਟ ਆਈ ਅੰਡਰਸਟੈਂਡ ਕਿਉਂਕਿ ਜਿਹੜਾ ਸਟਰਕਚਰ ਪੰਜਾਬ ਔਰ ਹਰਿਆਣੇ 'ਚ ਮੰਡੀਆਂ ਦਾ ਹੈ ਉਹ ਦੂਜੀ ਸਟੇਟਾਂ 'ਚ ਨਹੀਂ ਹੈ ਸੋ ਉਹ ਦੂਜੀ ਸਟੇਟਾਂ 'ਚ ਸਟੇਟ ਗੌਰਮੈਂਟਾਂ ਬੜੇ ਇੰਪਲੀਮੈਂਟ ਕਰਨਾ ਫੈਡਰਲ ਨੇ ਕਹਿਣਾ ਵੀ MSP ਦੇਵਾਂਗੇ ਸਟੇਟਾਂ ਨੇ ਇੰਪਲੀਮੈਂਟ ਕਰਨਾ ਵੀ ਅਸੀਂ ਮੰਡੀ ਸਿਸਟਮ ਬਣਾਵਾਂਗੇ ਸੋ ਇਹ ਬੜਾ ਇਹ ਸਿੰਪਲ ਇਸ਼ੂ ਨਹੀਂ ਹੈ ਲਾਸਟ ਦਾ ਫਸਟ ਸਟੈਪ ਹੈ ਪਰ ਜਿਹੜਾ ਸੈਕਿੰਡ ਸਟੈਪ ਹੋਏਗਾ ਉਹ ਮੋਰ ਇੰਪੋਰਟੈਂਟ ਦੈਨ ਫਸਟ ਹੈ ਹੁਣ ਮੈਂ ਸਮਝਦਾ ਇਹਦੇ ਵਾਸਤੇ ਲੰਬੀ ਲੜਾਈ ਚੱਲੇਗੀ ਕਿਉਂਕਿ ਅਜੇ ਇੰਡੀਅਨ ਸਟੇਟ ਜਿਹੜੀ ਹੈ ਉਹ ਸਮਝ ਨਹੀਂ ਰਹੀ ਗੁਰਪਾਲ ਜੀ ਦਾ ਜਾਨਣਾ ਪਹਿਲਾਂ ਸਰਦ ਸਿੰਘ ਜੀ ਮੈਂ ਤੁਹਾਡੇ ਤੇ ਆਉਣਾ ਕੁਐਸਚਨ ਗੁਰਪਾਲ ਜੀ
मैं लगता काफी रिसर्च करते रहने देखते रहने सारा कुछ की कुछ हो रहा। मैं ये दसो बी जी हम सिचुएशन आ एग्रीकल्चर मिनिस्टर ने न्यू दिल्ली ने उन्हें काफी कुछ ऑफर भी कर दिता है स्टबल बार्निंग का भी कहता MSCP का भी उन्हें कहता कि असी बिठावे बोर्ड तो कंपनसेशन भी कहता कि तुसी फार्मर नू असी जेडे उन्हें दे देंगे जेडे बंदे नू कोई डैमेज होया है ਇਹਦੇ ਵਿੱਚ ਤੁਸੀਂ ਕੀ ਤੁਹਾਡੀ ਕੀ ਸੋਚ ਹੈਗੀ ਆ ਕਿ ਫਾਰਮਰ ਉੱਥੇ ਬੈਠਣਗੇ ਹੋਰ ਜਾਂ ਇਹ ਕੀ ਮੂਵਮੈਂਟ ਚੱਲੇਗੀ ਤੁਸੀਂ ਦੱਸੋ ਆਪ ਦਾ ਕਿਰਪਾਲ ਜੀ ਇਹ ਜਿਹੜੇ ਹੈਗੀ ਆ ਸਰਕਾਰ ਨੇ ਜੋ ਵੀ ਦਿੱਤਾ ਹੈ ਜਿਹਨੂੰ ਕਿਸਾਨ ਜਿਹੜੇ ਉਹ ਜਿੱਤ ਸਮਝ ਰਹੇ ਨੇ ਆਪਦੀ ਅਜੇ ਦਿੱਤਾ ਤਾਂ ਕੁਝ ਹੈ ਹੀ ਨਹੀਂ ਗਾ ਜੋ ਅਪਲਾਈ ਕਰਨ ਨੂੰ ਫਿਰਦੇ ਸੀ ਉਹੀ ਰੁਕਿਆ ਦੇਣਾ ਤਾਂ ਇਹ ਹੈ ਵੀ ਜਦੋਂ MSP ਦੇ ਉੱਤੇ ਜਾਣੀ ਦੀ ਉਹ ਕੁਝ ਦੇਣਗੇ ਸਾਰੇ ਸਟੇਟਾਂ ਨੂੰ ਉੱਤੇ ਉਹ ਲਾਗੂ ਕਰਨਗੇ ਤਾਂ ਕਿਸਾਨਾਂ ਦੀ ਜਿੱਤ ਹੋਣੀ ਹੈ। ਅਜੇ ਤਾਂ ਜੋ ਉਹਨਾਂ ਨੇ ਜਾਣੀ ਦੀ ਉਹਨਾਂ ਨੇ ਲਾਗੂ ਕਰਨਾ ਸੀਗਾ ਉਹ ਆਪਦਾ ਰੋਕ ਲਿਆ ਉਹ ਜਾਣਦੀ ਇਹ ਇਹ ਇਹਨਾਂ ਦੀ ਇੰਨੀ ਜਿੱਤ ਜ਼ਰੂਰ ਹੈਗੀ ਆ ਵੀ ਇਹਨਾਂ ਨੇ ਆਪਦੀ ਯੂਨਿਟੀ ਕਰਕੇ ਆਪਦੀ ਏਕਤਾ ਦਿਖਾ ਕੇ ਤਾਕਤ ਦਿਖਾ ਕੇ ਕਿਸਾਨਾਂ ਨੇ ਉਹਨਾਂ ਨੂੰ ਰੁਕਵਾ ਲਿਆ। ਜਿੱਤ ਉਦੋਂ ਹੋਣੀ ਆ ਜਦੋਂ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ MSP ਤੇ ਕੁੱਝ ਨਾ ਕੁੱਝ ਮਿਲੂਗਾ। ਮੈਨੂੰ ਜਿੱਥੋਂ ਤੱਕ ਮੇਰਾ ਸਮਝ ਹੈਗੀ ਹੈ ਜਿੰਨਾ ਕੁ ਮੈਨੂੰ ਲੱਗਦਾ ਬਈ ਇਹ ਦੋ ਤਿੰਨ ਫਸਲਾਂ ਤੇ ਸਾਰਿਆਂ ਨੂੰ MSP ਦੇ ਦੇਣਗੇ ਹੁਣ ਜਿਹੜੀਆਂ ਬਾਕੀ ਹੈਗੀਆਂ ਨੇ ਫਸਲਾਂ ਉਹਨਾਂ ਦੇ ਵਿੱਚ ਇਹ ਜਾਣਦੀ ਠਹਿਰ ਕੇ ਥੋੜਾ ਜਿਹਾ ਉਹਨਾਂ ਨੂੰ ਕਮੇਟੀ ਕਮੁਟੀ ਬਣਾ ਕੇ ਜਿਸ ਤਰ੍ਹਾਂ ਦੇ ਕਹਿੰਦੇ ਆ ਇਹ ਬਾਕੀ ਦੀਆਂ ਫਸਲਾਂ ਤੇ ਉਦੋਂ ਦੇਣਗੇ ਜਿਸ ਤਰ੍ਹਾਂ ਦੇ ਨਾਲ ਹੁਣ ਆਪਣੇ ਪੰਜਾਬ ਦੇ ਵਿੱਚ ਹਰਿਆਣਾ ਜਾਂ UP ਦੀ ਇੱਕ ਸਾਈਡ ਤੇ ਦੇ ਰਹੇ ਨੇ ਇਹ ਥੋੜੀਆਂ ਫਸਲਾਂ ਤੇ ਉਹ MSP ਦੇਣਗੇ ਉਸ ਤੋਂ ਬਾਅਦ ਬਾਕੀ ਦੀਆਂ ਫਸਲਾਂ ਤੇ ਸਾਰੀਆਂ ਤੇ ਜਿਹੜੀਆਂ 23-22 ਪਤਾ ਨੀ 23 ਕਹਿੰਦੇ ਨੇ ਟੋਟਲ ਫਸਲਾਂ ਉਹਨਾਂ ਤੇ ਜਾਣੀ ਦੀ ਇਹ ਉਹ ਕਮੇਟੀ ਬਣਾ ਕੇ ਉਹਦੇ ਵਿੱਚ ਫੇਰ ਫੈਸਲਾ ਕਰਨਗੇ। ਪਰ ਦੂਜੇ ਪਾਸੇ ਇੱਕ ਹੋਰ ਵੀ ਚੀਜ਼ ਹੈਗੀ ਹੈ ਵੀ ਸਰਕਾਰ ਡਰਦੀ ਕਿਉਂ ਆ ਕਿਉਂਕਿ ਉਹਨਾਂ ਨੇ ਚੀਜ਼ ਖਰੀਦਣੀ ਆ ਗਾਹਾਂ ਵੇਚਣੀ ਆ ਜਿਹੜੇ ਕਾਰਪੋਰੇਟ ਨੇ ਉਹਨਾਂ ਨੇ ਵੀ ਇਹੀ ਕੰਮ ਕਰਨਾ ਉਹਨਾਂ ਨੇ ਚੀਜ਼ ਖਰੀਦਣੀ ਆ ਗਾਹਾਂ ਵੇਚਣੀ ਆ ਉਹ ਪ੍ਰੋਫਿਟ ਦੇ ਵਿੱਚ ਨੇ ਇਹ ਕਹਿੰਦੇ ਸਾਨੂੰ ਡਰ ਲੱਗਦਾ ਵਿਨੋਦ ਜਿਹੜਾ ਫਿਲੋਸੋਫਿਕ ਕੁਐਸਚਨ ਉਹਨਾਂ ਨੇ ਪਹਿਲਾਂ ਕੀਤਾ ਸੀ ਨਾ ਵੀ ਸਟੇਟ ਦੀ ਇੰਟੈਲੈਕਚੁਅਲ ਬੈਂਕਰਪਸੀ ਜਿਹੜੀ ਹੈ ਨਾ ਉਹ ਮੁੱਢਲਾ ਕਾਰਨ ਤਾਂ ਇਹੋ ਜਿਹੇ ਕਾਨੂੰਨਾਂ ਦਾ ਇਹੋ ਜਿਹੀਆਂ ਚੀਜ਼ਾਂ ਬਾਰੇ ਸੀਰੀਅਸ ਮਸਲੇ ਨੇ ਜਿਹੜੇ ਉਹਨਾਂ ਬਾਰੇ ਨਾ ਵਿਚਾਰ ਕਰਨ ਦਾ ਮੁੱਢਲਾ ਕਾਰਨ ਜਿਹੜਾ ਉਹ ਸਟੇਟ ਦੀ ਇੰਟਲੈਕਚੁਅਲ ਬੈਂਕਰਪਸੀ ਆ ਤੇ ਜੇ ਤੁਸੀਂ ਨੋਟ ਕੀਤਾ ਹੋਵੇ ਤੇ ਅੱਜ ਚੀਫ ਜਸਟਿਸ ਆਫ ਇੰਡੀਆ ਰਮਾਨਾ ਸਾਹਿਬ ਦਾ ਬੜਾ ਦਿਲਚਸਪ ਬਿਆਨ ਹੈ ਇਹਦੇ ਬਾਰੇ। ਇੰਟਰਸਟਿੰਗਲੀ ਸੁਪਰੀਮ ਕੋਰਟ ਨੇ ਰੀਸੈਂਟਲੀ ਕਮਾਲ ਦੀਆਂ ਆਬਜ਼ਰਵੇਸ਼ਨ ਜਿਹੜੀਆਂ ਨੇ ਉਹ ਲਈਆਂ ਨੇ ਔਰ ਕਮਾਲ ਦੇ ਮਤਲਬ ਉਹਨਾਂ ਨੇ ਜਿਹੜਾ ਨਾ ਉਹ ਇੰਜੈਕਸ਼ਨ ਕੀਤੇ ਔਰ ਵਿੱਚ ਗੱਲਾਂ ਕੀਤੀਆਂ ਉਹਨਾਂ ਦਾ ਮੈਂ ਬਿਆਨ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਆਪਣਾ ਟ੍ਰਿਬਿਊਨ ਦੇ ਵਿੱਚ ਸੀਗਾ ਬਰੀਫਲੀ ਦ ਚੀਫ ਜਸਟਿਸ ਆਫ ਇੰਡੀਆ NV ਰਮਾਨਾ ਔਨ ਸੈਟਰਡੇ ਸਪੀਕਿੰਗ ਐਟ ਦਾ ਵੈਲੀਡਿਕਟਰੀ ਸੈਲੀਬ੍ਰੇਸ਼ਨ ਆਫ ਦਾ ਕੰਸਟੀਟਿਊਸ਼ਨ ਸੈਡ ਦ ਲੈਜਿਸਲੇਚਰ ਡਜ਼ ਨਾਟ ਕੰਡਕਟ ਸਟੱਡੀਜ਼ ਔਰ ਅਸੈਸ the impact of the laws that it passes. That is exactly what Vinod ji is saying, and that is what is exactly has happened in the parliament. And I repeat it again, the legislature does not conduct studies or assess the impact of the laws that it passes, which sometimes leads to big issues and result in overburdening of cases in the judiciary. Hai ki kamal di gal ki nahi matlab unna ne ਇੰਟਰਨੈਸ਼ਨਲੀ
इंडिया च 10,000 रुपए हो जाए तो फिर जो बाहर 6,000 रुपए होते फिर सरकार की करती है बाहरों कॉटन मंगा लेंदी है क्योंकि कपड़ा मिलों कॉटन सस्ती मिलनी है। सो जो कन्फलिक्ट आना है क्योंकि हूँ ट्रेड ग्लोबल हो गया हूँ जो इंडिया इनकलूसिव नहीं है। तुसी जा रहे हो मैन्युफैक्चरिंग ते एग्रीकल्चर कैन यू से समथिंग कैन यू गिव मी फ्यू मिनट्स प्लीज। ओके दो तरीके ना जॉबां क्रिएट होके गवर्नमेंट चल दिया ने जॉबां या तो मैन्युफैक्चरिंग मैन्युफैक्चरिंग साड़ी फेलियर है क्योंकि चाइना इज ओवरटेक एवरीथिंग नंबर वन। नंबर टू इंडिया डिपेंड अपॉन एग्रीकल्चर राइट नाउ जिससे 50-60 करोड़ बंदा इन्हां चीज़ों पर डिपेंड करता है मिनीमम लगे हुए एग्रीकल्चर पर दे नैवर थिंक अबाउट के यूएस किमें चल रहा काम चाइना किमें चल रहा सिस्टम है दुनिया के उपर उन्होंने एग्रीकल्चर उन्होंने इस बेस के उपर सबसिडाइज देनी पैनिया ने और किसी तरीके देखें वो सर्वाइव करे फार्मर ने एजुकेशन है नहीं गी कि लोग उस चीज़ पर डिपेंड करते हैं और जिनी जिनी पबलिक बैठी आले दुआले बड़े बड़े बाजार ने उत्थे दे बड़े बड़े जिथे सिस्टम चल रहा वो सारे डिपेंड उत्ते ही कर रहे हैं मेजोरिटी ऑफ दैट। ठीक है नहीं तो क्वेश्चन यह है दो चीज़ा ने चीज़ होनी है क्रिएट तो तुम यूनाइटेड स्टेट की कॉपी करनी आ कि जी असी उमे करांगे इत्थे तां फार्मर नूं पैसे बहुत दिंदे ने जे फिर भी करते आ तां उन्हां नूं इंडस्ट्री ने सांभ लिया। देखो डिट्रॉयट तो मिचीगन तो फार्मर सारी चीजां तो जां कहो उह सिर्फ उन्हां नूं बड़ी बड़ी कंपनियां ने सांभ लिया सीगा उस वक्त और गवर्नमेंट आ हुण भी आ हुण भजन समरा हैगा इन्हां नूं पैसे दिंदी आ गवर्नमेंट 20-20 हज़ार 50-50 हज़ार। सो जदों असी उन्हां नूं हैल्प ही नहीं करनी फार्मर नूं उह सुसाइड करी जा रहे ने तो सुसाइड कोई करदा हुंदा कदे असी तां सुणिया नहीं सीगा पहलां क्यों हो रहे ने वो नोइंगली करते हैं ये तो गवर्नमेंट दी पॉलिसी दी पॉलिसियां गलत है उन्होंने इन्हों बैठ के टाइम पर लाना पड़ेगा। ये बहुत बड़ा क्वेश्चन है ग्लोबल आज की दुनिया के अंदर ट्रेड ग्लोबल है सर ये बहुत बड़ा क्वेश्चन है। देखो कैश क्रॉप केरला ने की कैश क्रॉप तो दूजी स्टेट जाती नहीं सोल्यूशन दसो मैं कह रहा कि प्रॉब्लम सोल्यूशन आई एम नॉट सेइंग सोल्यूशन सोल्यूशन का नैक्सट स्टैप है पहला प्रॉब्लम समझन ग्लोबल ट्रेड दे अंदर मैं तुम्हें एग्जांपल देना सोल्यूशन नहीं है मैं तुम्हें एग्जांपल देना पिछोरा जी गरेवाल जी सर गरेवाल जी इस तो पहला के विनोद जी एग्जांपल दे दें ते वाकई ये मोर ला देने इस गल ते भी ये हो ही नहीं सकता काम आई वांट टू स्टॉप हिम इशू जड़ा है ना इशू इज नॉट ऑफ एमएसपी इशू जड़ा हैगा ना वो ये हैगा है के India want to be corporate India or they want to keep the family farm. ਜੇ ਤੇ ਇਸ ਵੇਲੇ ਲੜਾਈ ਜਿਹੜੀ ਹੈ ਐਮ ਐਸ ਪੀ ਦੀ ਨਹੀਂ ਹੈਗੀ ਲੜਾਈ ਇਸ ਵੇਲੇ ਹੈਗੀ ਹੈ ਵੀ ਇੰਡੀਆ ਨੇ ਨੂੰ ਕਾਰਪੋਰੇਟ ਦੇ ਹਵਾਲੇ ਕਰਨਾ ਜਿਸ ਤਰ੍ਹਾਂ ਅਮੈਰੀਕਾ ਨੇ ਕੀਤਾ ਤੇ ਕਿ ਉਹ ਫੈਮਿਲੀ ਫਾਰਮ ਦੀ ਟ੍ਰੈਡੀਸ਼ਨ ਜਿਹੜੀ ਹੈ 5,000 ਤੋਂ ਚੱਲੀ ਆਉਂਦੀ ਆ ਸਾਲ ਤੋਂ ਉਹਨੂੰ ਮੇਨਟੇਨ ਕਰਨਾ ਦੈਟ ਇਜ਼ ਅ ਗੇਮ ਹੇਅਰ ਦੈਟ ਇਜ਼ ਅ ਫਾਈਟ ਸੋ ਅਨਫੋਰਚੂਨੇਟਲੀ ਜਿਹੜੇ ਬਹੁਤ ਹੈਗੇ ਨੇ ਨਾ ਲੋਕ ਉਹ ਜਿਹੜੇ ਕਾਰਪੋਰੇਟ ਦੇ ਹੱਕ ਵਿੱਚ ਨੇ ਆਪਣੇ ਆਪ ਨੂੰ ਸਮਝਦੇ ਨੇ ਵੀ ਯੂ ਨੋ ਫਾਰਵਰਡ ਥਿੰਕਿੰਗ ਮੋਰ ਪ੍ਰੋਗਰੈਸਿਵ ਪੀਪਲ ਉਹ ਜਿਹੜੇ ਆ ਨਾ ਇਸ ਵੇਲੇ ਇੱਧਰਲੇ ਪਾਸੇ ਵੀ ਹੈਗੇ ਐਂਡ ਦੇ ਹੈਵ ਏ ਥਿਊਰੀ ਦੇ ਹੈਵ ਏ ਡੇਟਾ ਟੂ ਸਪੋਰਟ ਦੈਟ ਐਂਡ ਸ਼ੋਰਲੀ ਦੇ ਕੈਨ ਬਟ ਔਨ ਦੀ ਅਦਰ ਹੈਂਡ ਦ ਪੀਪਲ ਹੂ ਸਪੋਰਟ ਦ ਫੈਮਿਲੀ ਫਾਰਮ ਵੇਖੋ ਐਮ ਐਸ ਪੀ ਦਾ ਇਸ਼ੂ ਕੋਈ ਨਵਾਂ ਤਾਂ ਨਹੀਂ ਆਇਆ ਤੇ ਬੜਿਆਂ ਸਾਲਾਂ ਤੋਂ ਚੱਲ ਗਿਆ ਔਰ ਮੈਂ ਸਾਰੀਆਂ ਸਟੱਡੀਜ਼ ਤਾਂ ਨਹੀਂ ਪੜ੍ਹੀਆਂ ਬਟ ਆਈ ਐਮ ਐਬਸੋਲਿਟਲੀ ਸਰਟਨ ਦੈਟ ਦ ਯੂਨੀਵਰਸਿਟੀਜ਼ ਐਂਡ ਵੰਡਰਫੁਲ ਇਕਾਨੋਮਿਸਟ ਹੈਵ ਗਾਟ ਡਨ ਏ ਲੋਟ ਆਫ ਵਰਕ ਹਾਓ ਦਿਸ ਐਮ ਐਸ ਪੀ ਇਜ਼ ਪੋਸੀਬਲ ਹਾਓ ਐਂਡ ਵੇਅਰ ਯੂ ਨੋ ਐਮ ਐਸ ਪੀ ਇਜ਼ ਨੋਟ ਗੋਇੰਗ ਟੂ ਬੀ ਦ ਸੇਮ ਐਵਰੀਵੇਅਰ ਇਨ ਐਵਰੀ ਸਟੇਟ ਹੋਲ ਆਫ ਇੰਡੀਆ It has to be worked out, you know, what MSP in Punjab, what is in other states, yeah, and on what crops, maybe even district-wise. But ode te kam te shuru hove na, oh kam taan shuru hovega if you want to save the family farm. If you don't want to save the family farm and want to go corporate way like America has, which is easy for the government to control, which is easy for the government to earn their revenue, but ਪਰ ਉਹਦੇ ਨਾਲ ਜਿਹੜੇ ਜਿਹੜੇ 60-70% ਲੋਕ ਉੱਜੜ ਜਾਣਗੇ ਨਾ ਉਹਨਾਂ ਨੂੰ ਇਹਨਾਂ ਨੂੰ ਸੰਭਾਲਣਾ ਜਿਹੜਾ ਔਖਾ ਹੋ ਜੂਗਾ ਜਿਹੜਾ ਇੱਥੇ ਤੇ ਇੰਡਸਟਰੀਅਲ ਡਿਵੈਲਪਮੈਂਟ ਅਤੇ ਇੰਡਸਟਰੀਅਲ ਰੈਵੋਲਿਊਸ਼ਨ ਵੀ ਨਾਲੋਂ ਨਾਲ ਆਇਆ ਔਰ ਉਹ ਲੋਕ ਜਿਹੜੇ ਖੇਤੀਬਾੜੀ 'ਚੋਂ ਜਿਹੜੇ ਉਹ ਕੱਢੇ ਗਏ ਉਹ ਬਿਫੋਰ ਦੇ ਰੀਅਲਾਈਜ਼ ਦੇ ਵਰ ਅਬਜ਼ਰਵ ਦੇ
ਉੱਥੇ ਇਹੋ ਜਿਹਾ ਕੁਛ ਹੈ ਨੀਗਾ। ਸੋ ਇਸ ਵੇਲੇ ਫਾਈਟ ਜਿਹੜੀ ਹੈ ਨਾ, ਇਟ ਇਜ਼ ਨਾਟ ਐਮ ਐਸ ਪੀ ਔਰ ਨਾਟ ਐਮ ਐਸ ਪੀ, ਇਟ ਇਜ਼ ਕਾਰਪੋਰੇਟ ਇੰਡੀਆ ਔਰ ਫੈਮਿਲੀ ਫਾਰਮਿੰਗ ਇੰਡੀਆ। ਜਿਹੜੀ ਜਿਹੜੀ ਫਲਕਚੁਏਸ਼ਨ ਹੈ ਇਨ ਦੀ ਵਰਲਡ ਇਕਨੋਮੀ, ਜਿੱਦਾਂ ਕਰੂਡ ਲੈ ਲਓ, ਕਰੂਡ 2 ਮਹੀਨੇ ਚ $16 ਗਿਰ ਗਿਆ, $16 ਫਾਲ ਹੋ ਗਿਆ। ਸੋ ਇਸ ਕਰਕੇ ਇਸ ਕ੍ਰਾਈਸਿਸ ਨੇ ਕੰਟਰੀਆਂ ਦੀ ਇਕਨੋਮੀ ਨੂੰ ਟਰਮੋਇਲ ਕਰਨਾ। ਨਵਜੋਤ ਸਿੱਧੂ ਆ ਰਿਹਾ ਨਾ ਉੱਥੇ ਪੰਜਾਬ ਵਿੱਚ, we don't want Delhi model, we don't want Kerala model, we don't want any other model, we want Punjab model. So India, we have got enough you know, goodwill and enough knowledge there, and enough intellectual wisdom which can create that. Sawal hai ga ki do they have the will to do it? Oh, jadon ho gayi odon then they will find it. Yeah, that is the final point. ਇੰਡਸਟਰੀ ਤੁਹਾਡੇ ਕੋਲ ਹੈ ਹੀ ਕੋਈ ਨੀ, ਫਾਰਮਰ ਨੂੰ ਵੀ ਤੁਸੀਂ ਖਤਮ ਕਰਤਾ, ਇਹਦਾ ਮਤਲਬ ਕੀ ਹੋ ਗਿਆ? ਉਹ ਵੀ ਰੋਡ ਤੇ ਉਹ ਜਿਸ ਤਰ੍ਹਾਂ ਗਰੀਬੀ ਚ ਕੰਮ ਕਰਨਗੇ, ਜਿਵੇਂ ਯੂ ਨੋ 5000 ਰੁਪੀਸ ਦੇ ਮੰਥ, ਉਹਨੂੰ ਫਿਰ ਆਟਾ ਦਾਲ ਵੀ ਚੱਲੋ, ਜਿਸ ਦਾ ਓਨਲੀ ਬਣਦਾ ਇਹਨੂੰ ਸਰਵਾਈਵ ਤੁਸੀਂ ਕਰਨ ਦੀ ਖਾਤਰ, ਤੁਸੀਂ ਤੁਹਾਨੂੰ ਫਾਰਮਰ ਨੂੰ 1-2 ਸਟੇਟਾਂ ਨੂੰ 4 ਨੂੰ ਸਰਵਾਈਵ ਕਰਨ ਦੀ ਲੋੜ ਪਏਗੀ, ਕਿਉਂਕਿ ਤੁਹਾਡੇ ਕੋਲ ਪਾਪੂਲੇਸ਼ਨ ਬਹੁਤ ਜ਼ਿਆਦਾ। ਯੂ ਕੈਨੋਟ ਕੰਪੇਅਰ ਯੂਨਾਈਟਿਡ ਸਟੇਟ, ਯੂ ਕੈਨੋਟ ਕੰਪੇਅਰ ਚਾਈਨਾ, ਯੂ ਹੈਵ ਟੂ ਯੂਅਰ ਓਨ ਮਾਡਲ। ਡੋਂਟ ਥਿੰਕ ਅਬਾਊਟ ਦੈਟ ਕਿ ਅਸੀਂ ਜੀ ਅਮਰੀਕਾ ਨੂੰ ਕਰ ਦਿਆਂਗੇ, ਅਸੀਂ ਚਾਈਨਾ ਨੂੰ ਕਰ ਦਿਆਂਗੇ। ਯੂ ਕੈਨੋਟ ਡੂ ਇਟ ਅੰਡਰ ਡੈਮੋਕ੍ਰੇਸੀ, ਸੋ ਇਟਸ ਵੈਰੀ ਡਿਫੀਕਲਟ ਫਾਰ ਦੈਟ। ਓਕੇ ਗੁਰਪਾਲ ਜੀ, ਮੇਰਾ ਕੁਐਸਚਨ ਤੁਹਾਨੂੰ ਹੈਗਾ, ਮੈਨੂੰ ਇਹ ਦੱਸੋ ਕਿ ਜਿਹੜੀ ਇਲੈਕਸ਼ਨ ਆ ਰਹੀ ਹੈਗੀ ਆ, ਇਹ ਤਾਂ ਕੀ ਇਫੈਕਟ ਪੈਣਾ ਇਹਦਾ ਕਿਸਾਨ ਮੂਵਮੈਂਟ ਦਾ, ਹੋਰ ਆ ਕਿਹੜਾ ਜਿੱਤੇਗਾ, ਕਿਹੜਾ ਹਾਰੇਗਾ? 1-2 ਮਿੰਟ ਦੇ ਵਿੱਚ ਇਹਦੇ ਵਿੱਚ ਖਤਮ ਕਰੋ ਤੁਹਾਡਾ, ਫਿਰ ਤੁਸੀਂ ਬਹੁਤ ਸਰਚ ਕਰਦੇ ਰਹਿੰਦੇ ਹੋ। ਰਿਸਰਚ ਤਾਂ ਇਹ ਹੈ ਜੀ, ਜਿਹੜੀ ਮੇਰੀ ਸਮਝ ਦੇ ਮੁਤਾਬਕ ਭਾਰਤੀ ਜਨਤਾ ਪਾਰਟੀ, ਅਮਰਿੰਦਰ ਤੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ, ਇਹ ਚਾਰੇ ਇੱਕ ਪਲੇਟਫਾਰਮ ਤੇ ਹੋਣਗੇ। ਕਾਂਗਰਸ, ਆਮ ਆਦਮੀ ਪਾਰਟੀ ਤੇ ਢੀਂਡਸੇ ਦਾ ਅਜੇ ਕੋਈ ਨੀ ਹੈਗਾ, ਉਹਨੇ ਕਹਿਣਾ ਮੈਂ ਕਾਂਗਰਸ ਨਾਲ ਨੀ ਜਾਣਾ। ਚਲੋ ਉਹ ਤਾਂ ਠੀਕ ਆ, ਦੋ ਹੀ ਰਹਿ ਗਏ ਤੇ ਹੋ ਸਕਦਾ ਉਹ ਆਮ ਆਦਮੀ ਪਾਰਟੀ ਨਾਲ ਕੋਈ ਮਾੜਾ ਮੋਟਾ ਹੇਠ ਤਾਂ ਕਰ ਲੈਣ। ਤੇ ਇਹ ਹੋਣੀ ਆ ਪੋਜੀਸ਼ਨ ਮੇਰੇ ਸਮਝ ਦੇ ਵਿੱਚ, ਜੇ ਜਾਣੇ ਦੀ ਕਿਸਾਨ ਮੋਰਚੇ ਵਾਲੇ ਇਹ ਕਹਿ ਦਿੰਦੇ ਆ ਬਈ ਆਪਦਾ ਦੇਖ ਕੇ ਜਿਹਨੂੰ ਤੁਹਾਡਾ ਜੀ ਕਰਦਾ ਵੋਟ ਪਾ ਦੇ। ਜੇ ਕਿਸਾਨ ਮੋਰਚੇ ਵਾਲੇ ਵਿੱਚ ਆ ਗਏ ਤਾਂ ਸਥਿਤੀ ਆ ਜਿਹੜੀ ਉਹ ਚੇਂਜ ਹੋਊਗੀ। ਓਕੇ, ਵੈਰੀ ਗੁੱਡ, ਵੈਰੀ ਗੁੱਡ। ਫੇਰ ਜਾਣਦੇ ਪਤਾ ਨੀ ਬਈ, ਜੇ ਉਹ ਕਹਿ ਦੇਣ ਸਿਰ ਜੇ ਉਵੇਂ ਕਹਿ ਦੇਣ ਬੀਜੇਪੀ ਨੂੰ ਬੰਦੀ ਵੋਟ ਨਾ ਦਿਓ, ਕੱਲੀ ਹੋਰ ਜਿਹਨੂੰ ਮਰਜ਼ੀ ਦੇ ਦਿਓ, ਫੇਰ ਨਹੀਂ ਹੁਣ ਨਹੀਂ ਉਹ ਕਹਿੰਦੇ, ਹੁਣ ਨਹੀਂ ਕਹਿੰਦੇ, ਹੁਣ ਨਹੀਂ ਕਹਿੰਦੇ। ਤੇ ਗੁਰਪਾਲ ਜੀ ਉਹ ਜ਼ਰੂਰ ਆਉਣਗੇ, ਜਿਹਨਾਂ ਨੇ ਇੰਨੀ ਮਿਹਨਤ ਕੀਤੀ ਹੈ ਤੇ ਇੰਨਾ ਕੁਝ ਉਹਨਾਂ ਹਾਸਲ ਕੀਤਾ, ਇੰਨਾ ਕੁਝ ਉਹਨਾਂ ਲਰਨ ਕੀਤਾ, ਫੇਰ ਤਾਂ ਉਹਨਾਂ ਦੀ ਕੁਝ ਨਾ ਕੁਝ ਗੱਲ ਬਣੂਗੀ, ਨਹੀਂ ਤਾਂ ਉਹ 32 ਨੇ 32 ਦੇ 32 ਹੋਏ ਕੈਂਡੀਡੇਟ ਹੋਣਗੇ। ਉਹ ਬਹੁਤ ਜਾਣ ਦੀ ਗਲਤ ਕੰਮ ਹੋਜੂ ਉਹਨਾਂ ਨੇ, ਉਹ ਆਪਣੇ ਨੂੰ ਵੀ ਕਿਸਾਨ ਜਿਹੜੇ ਆ ਆਪਣੇ ਨੂੰ ਬਹੁਤ ਇੰਟੈਲੀਜੈਂਟ ਜਿਹੜੇ ਬੈਠੇ ਆ ਉੱਥੇ, ਦਿਮਾਗ ਉਹ ਆਪਣੇ ਇੰਟੈਲੀਜੈਂਟ ਕਾਫੀ ਲੱਗਦੇ ਨੇ, ਨਹੀਂ ਤਾਂ ਉਹ ਹੁਣ ਨੂੰ ਕਦੋਂ ਦਾ ਆ ਕੇ ਇੱਥੇ ਝੱਡੇ ਕੱਟ ਦਿੰਦੇ ਪੰਜਾਬ ਦੇ ਰਾਜੇਵਾਲ ਤਾਂ ਹੀ ਲਈ ਬੈਠਾ ਉਹਨਾਂ ਨੂੰ ਆਰਾਮ ਨਾਲ। ਹੋਈ ਹੋਈ ਰਾਜੇਵਾਲ ਇਕੱਠੇ ਕਰੀ ਫਿਰਦਾ, ਪਿੱਛੇ ਭੱਜੋਗੇ ਤੁਹਾਡੀ ਜੁੱਤੀਆਂ ਪੈਣਗੀਆਂ। ਨਹੀਂ ਰਾਜੇਵਾਲ ਨਹੀਂ ਕਰੀ ਫਿਰਦਾ, ਰਾਜੇਵਾਲ ਨੇ ਜਿਹੜੀ ਚੇਤਨਾ ਪੈਦਾ ਕਰ ਦਿੱਤੀ ਹੈ ਨਾ, ਚੇਤਨਾ ਅਵੇਅਰਨੈਸ ਜਿਹੜੀ ਹੈ ਨਾ, ਮੈਨੂੰ ਰਾਜੇਵਾਲ ਤੇ ਬੜਾ ਉਹਨੂੰ ਬੜਾ ਕੌਨਫੀਡੈਂਸ ਹੈ ਲੋਕਾਂ ਦਾ। ਉਹ ਆਂਦਾ ਵੀ ਅਸੀਂ ਭਾਵੇਂ ਨਾ ਵੀ ਇਲੈਕਸ਼ਨ ਲੜਾਂਗੇ ਨਾ, ਇੱਥੋਂ ਲੋਕ ਜਿਹੜੇ ਚਲੇ ਜਾਣਗੇ ਨਾ, ਭਾਵੇਂ ਉਹ ਅਕਾਲੀ ਸਨ, ਭਾਵੇਂ ਉਹ ਕਮਿਊਨਿਸਟ ਕਾਮਰੇਡ ਸਨ, ਭਾਵੇਂ ਉਹ ਕਾਂਗਰਸੀ ਸਨ, ਉਹ ਹੁਣ ਉਹ ਨਹੀਂ ਗਏ ਜਿਹੜੇ ਇੱਥੇ, ਉਹ ਨਾ ਉਹ ਡਰਾਈ ਕਲੀਨ ਹੋ ਕੇ ਚੱਲੇ ਆ ਵਾਪਸ।
ਅੱਛਾ ਚਲੋ ਤੇ ਜਦੋਂ ਜਾਣਗੇ ਨਾ ਜੇ ਉਹ ਕਾਂਗਰਸ ਨੂੰ ਵੀ ਵੋਟ ਪਾਉਣਗੇ ਤੇ ਕਾਂਗਰਸ ਵਾਲਿਆਂ ਨੂੰ ਪਹਿਲਾਂ ਪੁੱਛਣਗੇ ਵੀ ਕਿਉਂ ਅਸੀਂ ਤੁਹਾਨੂੰ ਵੋਟ ਪਾਈਏ ਜੇ ਉਹ ਅਕਾਲੀ ਸਨ ਪਹਿਲਾਂ ਤੇ ਅਕਾਲੀਆਂ ਨੂੰ ਵੀ ਪੁੱਛਣਗੇ ਵੀ ਦੱਸਿਓ ਭਲਿਓ ਮਾਨਸੋ ਵੀ ਅਸੀਂ ਸਾਲ ਜੋ ਹੋ ਗਿਆ ਉੱਥੇ ਮਰ ਗਏ ਸਾਡੇ ਚੋਂ ਇੰਨੇ ਬੰਦੇ ਤੇ ਸਾਡੀ ਕਿਸੇ ਨੇ ਬਾਤ ਨੀ ਪੁੱਛੀ ਔਰ ਤੁਸੀਂ ਸਾਨੂੰ ਇਸ ਮੋੜ ਤੇ ਲਿਆ ਕੇ ਖਿਲਾ ਰਿਹਾ ਕਾਂਗਰਸੀਆਂ ਤੇ ਅਕਾਲੀਆਂ ਤੇ ਸਾਰਿਆਂ ਜਿਹੜੇ ਰਾਜ ਕਰਦੇ ਰਹੇ ਆ ਵੀ ਅਸੀਂ ਜਿਹੜੇ ਆ ਨਾ ਉਹ ਮਰਨ ਮਾਰਨ ਤੱਕ ਚਲੇ ਗਏ ਆਰ ਪਾਰ ਦੀ ਲੜਾਈ ਅਸੀਂ ਲੜ ਕੇ ਆਏ ਹਾਂ ਤੇ ਹੁਣ ਤੁਸੀਂ ਅਸੀਂ ਵੋਟ ਤੇ ਤੁਹਾਨੂੰ ਪਾ ਦੇਵਾਂਗੇ ਪਰ ਦੱਸੋ ਕਿਉਂ ਪਾਈਏ ਉਹ ਪੁੱਛਣਗੇ ਇਹ ਜਿਹੜਾ ਇਹ ਮੈਂ ਜਿਹੜੀ ਵਾਰ ਵਾਰ ਗੱਲ ਕਰਦਾ ਤੁਸੀਂ ਉਹਦੀ ਚੇਤਨਾ ਦੱਸੋ ਮੈਨੂੰ ਵਿਖਾਓ ਚੇਤਨਾ ਕਿੱਥੇ ਆ ਦਿਸ ਇਜ਼ ਵਟ ਚੇਤਨਾ ਇਜ਼ ਉਹ ਕਿਸੇ ਵੀ ਪਾਰਟੀ ਦਾ ਹੋਵੇ ਉਹਦੇ ਵਿੱਚ ਲੋਕ ਹੁਣ ਉੱਠ ਕੇ ਖਲੋਣਗੇ ਔਰ ਉਹ ਬੰਦਿਆਂ ਨੂੰ ਪਿੰਡ ਵਿੱਚ ਵੜਨ ਤੋਂ ਪਹਿਲਾਂ ਮੇਰਾ ਨੀ ਖਿਆਲ ਹੁਣ ਔਰ ਅਜੇਵਾਲ ਦੀ ਐਟਲੀਸਟ ਜਾਂ ਇਹਨਾਂ 32 ਕਿਸਾਨ ਦੇ ਆਗੂ ਨੇ ਉਹਨਾਂ ਦਾ ਇਹ ਨਿਸ਼ਚਾ ਹੈ ਉਹਨਾਂ ਦਾ ਲੱਗਦਾ ਹੈ ਵੀ ਲੋਕ ਹੁਣ ਸ਼ਰਾਬ ਦੀ ਬੋਤਲ ਤੇ ਨਹੀਂ ਵੋਟ ਪਾਉਣਗੇ ਲੋਕ ਕਿਸੇ ਦੇ ਆਖੇ ਵੀ ਨਹੀਂ ਆਉਣਗੇ ਵੀ ਫੁੱਫੜ ਆ ਗਿਆ ਜਾਂ ਮਾਮਾ ਆ ਗਿਆ ਨਹੀਂ ਯਾਰ ਪਾ ਦਿਓ ਇੱਧਰ ਇਸ ਤਰ੍ਹਾਂ ਨਹੀਂ ਕਰਨਗੇ ਉਹਨਾਂ ਦੇ ਚੇਤਨਾ ਜਿਹੜੀ ਆ ਉਹ ਅਸੀਂ ਦੇ ਕੇ ਉਹਨਾਂ ਨੂੰ ਵਾਪਸ ਘੱਲਣ ਲੱਗੇ ਹਾਂ ਸੋ ਵੋਟ ਜਿਹਨੂੰ ਮਰਜ਼ੀ ਪਾਉਣ ਪਰ ਉਹ ਵੇਖ ਕੇ ਪਾਉਣ ਗੁਰਪਾਲ ਜੀ ਤੁਸੀਂ ਕਹਿੰਦੇ ਹੁੰਦੇ ਹੋ ਵੀ ਉਹ ਆਉਣ ਦਾ ਡਰ ਤੁਸੀਂ ਕਹਿੰਦੇ ਬਈ ਕਿਹੜੀ ਆਊਗੀ ਪਾਰਟੀ ਕਿੰਨੀ ਕੈਨ ਯੂ ਟੈਲ ਮੀ ਦੈਟ ਹਾਊ ਮੈਨੀ ਸੀਟਸ ਅਕਾਲੀ ਦਲ ਵਿਲ ਗੈਟ ਇਟ ਜੇ ਇਹ ਵੀ ਕੰਮ ਹੋਇਆ ਤੁਹਾਡੀ ਜੱਜਮੈਂਟ ਨਾਲ ਜੇ ਜਿਸ ਤਰ੍ਹਾਂ ਦੇ ਨਾਲ ਜੇ ਇਹ ਬਾਕੀ ਦੇ ਆਮ ਆਦਮੀ ਪਾਰਟੀ ਤੇ ਕਾਂਗਰਸ ਵਾਲੇ ਨਾਂ ਇਕੱਠੇ ਹੋਏ ਤਾਂ ਮੇਰੀ ਸਮਝ ਦੇ ਵਿੱਚ ਕਿਉਂਕਿ ਇਹਨਾਂ ਦੋਨਾਂ ਪਾਰਟੀਆਂ ਦੇ ਭਾਰਤੀ ਜਨਤਾ ਪਾਰਟੀ ਕੋਲੇ ਅਮਰਿੰਦਰ ਕੋਲੇ ਸੁਖਬੀਰ ਕੋਲੇ ਮੈਨ ਪਾਵਰ ਵੀ ਹੈ ਇਹਨਾਂ ਕੋਲੇ ਪੈਸੇ ਦੀ ਪਾਵਰ ਵੀ ਹੈ ਮਨੀ ਵੀ ਹੈ ਇਹਨਾਂ ਕੋਲੇ ਇਸ ਲਈ ਇਹ ਜਾਣ ਦੀ ਸਥਿਤੀ ਅਜੇ ਬਹੁਤ ਗੁੰਝਲਦਾਰ ਆ ਅਜੇ ਕਿਹਾ ਨੀ ਜਾ ਸਕਦਾ ਜੇ ਜਾਣ ਦੀ ਉਹ ਇਕੱਲੇ ਇਕੱਲੇ ਰਹਿ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਤਾਂ ਹੋ ਸਕਦਾ ਚੀਫ ਮਿਨਿਸਟਰ ਇਹਨੂੰ ਸੁਖਬੀਰ ਬਾਦਲ ਫੇਰ ਬਣ ਜਾਵੇ ਚਲੋ ਗੱਲ ਹੀ ਖਤਮ ਕਰਤੀ ਆ ਵੈਸੇ ਇਹੀ ਸੀ ਰਾਈਟ ਜੇ 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 ਬਣਾ ਕੇ ਫੇਰ ਠੀਕ ਰਹੂਗਾ ਗੈਰੀ ਜੀ ਮੇਰੀ ਅਸੈਸਮੈਂਟ ਇਹ ਹੈ ਕਿ ਹਾਂਜੀ ਗੋਤੇ ਚਲੋ ਮੇਰੀ ਅਸੈਸਮੈਂਟ ਹੈ ਕਿ ਜਿਹੜਾ ਅਕਾਲੀਆਂ ਦਾ ਰੂਰਲ ਬੇਸ ਹੈ ਨਾ ਬਹੁਤ ਟੁੱਟਿਆ ਹਾਂ ਟੁੱਟਿਆ ਇਸ ਮੂਵਮੈਂਟ ਦੇ ਅੰਦਰ ਰੂਰਲ ਬੇਸ ਅਕਾਲੀਆਂ ਦਾ ਟੁੱਟਿਆ ਹੈ ਖਤਮ ਖਤਮ ਤੇ ਉਹ ਰੂਰਲ ਬੇਸ ਦੋਵਾਂ ਚ ਸ਼ਿਫਟ ਹੋਏਗਾ ਇੱਕ ਕਾਂਗਰਸ ਚ ਇੱਕ ਆਮ ਆਦਮੀ ਤੇ ਮੇਰੀ ਜਿਹੜੀ ਜਜਮੈਂਟ ਹੈ ਜਿਹੜੀ ਇਹ ਜਿਹੜੇ ਬੰਦੇ ਹੁੰਦੇ ਨਾ ਜਥੇਦਾਰ ਦੇ ਲੀਡਰ ਹੋ ਗਏ ਜਾਂ ਕਾਂਗਰਸ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨ ਹੋ ਗਏ ਇਹਨਾਂ ਦਾ ਇਨਫਲੂਐਂਸ ਲਿਮਿਟਿਡ ਹੁੰਦਾ ਹੈ ਇਹ ਹੁੰਦਾ ਮਾਸ ਇਨਫਲੂਐਂਸ ਪਹਿਲੀ ਗੱਲ ਦੂਜੀ ਗੱਲ ਹੈ ਕਿ ਇਸ ਇਲੈਕਸ਼ਨ ਦੇ ਅੰਦਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਨਾਰਾ ਸੀ ਨਾ ਵੀ ਸਿੱਖ ਹੀ ਖਤਰੇ 'ਚ ਹੈ ਕਾਂਗਰਸ ਐਂਟੀ ਸਿੱਖ ਹੈ ਉਹ ਨਾਰਾ ਬਹੁਤ ਵੀਕਨ ਹੋ ਗਿਆ ਬਿਲਕੁਲ ਇੱਕ ਮਿੰਟ ਸੁਣ ਲਓ ਸਰ ਹੁਣ ਤੁਸੀਂ ਨਾ ਸੁਣ ਲਓ ਸੈਕਿੰਡ ਪੁਆਇੰਟ ਸ਼੍ਰੋਮਣੀ ਅਕਾਲੀ ਦਲ ਜਦ ਤੱਕ ਬਾਦਲ ਬੈਠਾ ਸੀ ਨਾ ਕਿਉਂਕਿ ਸੁਖਬੀਰ ਇਹ ਕੋਸ਼ਿਸ਼ ਕਰੇਗਾ ਕਿ ਬਾਦਲ ਨੂੰ ਪ੍ਰੋਜੈਕਟ ਕਰੀਏ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿਉਂਕਿ ਸੁਖਬੀਰ ਦਾ ਆਪਣਾ ਬੇਸ ਪੰਜਾਬ 'ਚ ਕਾਂਗਰਸ ਮੇਰੀ ਜਜਮੈਂਟ ਹੈ ਪੰਜਾਬ ਦੇ ਅੰਦਰ ਕਾਂਗਰਸ ਘੱਟ ਤੋਂ ਘੱਟ 60 ਸੀਟਾਂ ਲਏਗੀ ਔਰ ਆਮ ਪਾਰਟੀ 18-20 ਅਕਾਲੀ ਦਲ 15 ਜਿਹੜੀ ਪੁਰਾਣਾ ਸਟੇਟਸ ਸੀ ਨਾ ਉਹੀ ਚੱਲੇਗਾ ਔਰ ਦੂਜੀ ਗੱਲ ਇਹ ਹੈ ਕਿ ਕਿਸਾਨ ਇੱਕ ਮਿੰਟ ਕਹਿ ਜੀ ਫਾਈਨਲ ਕਿਸਾਨ ਦੋ ਹਿੱਸਿਆਂ 'ਚ ਵੰਡੇ ਜਾਣਗੇ ਪੰਜਾਬ ਦੇ ਅੰਦਰ ਕੁਛ ਸੈਕਸ਼ਨ ਕਾਂਗਰਸ 'ਚ ਜਾਏਗਾ ਕੁਛ ਸੈਕਸ਼ਨ ਆਪ 'ਚ ਜਾਏਗਾ ਔਰ ਬਹੁਤ ਮਾਈਨਰ ਸੈਕਸ਼ਨ ਬਾਅਦ ਅਕਾਲੀ 'ਚ ਜਾਏਗਾ ਕਿਉਂਕਿ ਜੇ ਕਿਸਾਨ ਮੂਵਮੈਂਟ ਵਾਲੇ ਸਟੈਂਡ ਨਹੀਂ ਲੈਂਦੇ ਅਸੀਂ ਕਿੱਧਰ ਪਾਣੀ ਹੈ ਉਹ ਫਿਰ ਕਿਸਾਨ ਡਿਵਾਈਡ ਹੋ ਜਾਣਗੇ ਪਿੰਡਾਂ ਦੇ ਅੰਦਰ ਓਕੇ ਪਿਸ਼ੌਰਾ ਸਿੰਘ ਜੀ ਟੂ ਪਾਰਟੀਜ਼ ਹੋਏਗਾ ਕਾਂਗਰਸ ਤੇ ਆਪ ਜਜਮੈਂਟ ਪਿਸ਼ੌਰਾ ਸਿੰਘ ਜੀ ਮੇਰੀ ਜਜਮੈਂਟ ਇਹ ਹੈ ਵੀ ਲੋਕਾਂ ਕੋਲ ਕੈਡਰ ਵੀ ਹੋਵੇਗਾ ਪਾਰਟੀਆਂ ਕੋਲ ਉਹਨਾਂ ਕੋਲ ਪੈਸਾ ਵੀ ਹੋਵੇਗਾ ਪਰ ਜਿਹੜੀ ਗੱਲ ਐਸ ਕਿ ਜਿਹੜਾ ਸਿੱਕਾ ਚੱਲੇਗਾ ਨਾ ਮੈਨੂੰ ਇਹ ਉਮੀਦ ਹੈ ਵੀ ਜਾਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਦਾ ਸੈਕਸ਼ਨ ਜੇ ਉਹ ਜਿਹੜਾ ਰੌਲਾ ਪਾ ਰਿਹਾ ਜੇ ਉਹ ਅੱਗੇ ਆ ਗਿਆ ਤੇ ਉਹ ਜਿਹੜਾ ਮੈਨੀਫੈਸਟੋ ਆ ਨਾ ਉਹਨੂੰ ਇੱਕ ਲੀਗਲ ਜਿਹੜਾ ਨਾ ਉਹ ਡਾਕੂਮੈਂਟ ਬਣਾਉਣਗੇ ਇਹਨਾਂ 'ਚੋਂ ਕੋਈ ਵੀ ਪਹਿਲ ਕਰਦੇ ਭਾਵੇਂ ਆਮ ਆਦਮੀ ਵਾਲੇ ਕਿਉਂਕਿ ਲੋਕਾਂ ਦਾ ਟਰੱਸਟ ਡੈਫੀਸਿਟ ਇੰਨਾ ਆ ਕਿ ਉਹ ਇਹਨਾਂ ਦੀ ਕਿਸੇ ਗੱਲ 'ਤੇ ਵੀ ਕਿਸੇ ਪਾਰਟੀ ਵਾਲਾ ਵੀ ਐਤਬਾਰ ਜਿਹੜਾ ਉਹ ਨਹੀਂ ਕਰਦਾ ਜੇ ਉਹ ਜੇ ਖਾਸ ਤੌਰ 'ਤੇ ਸੰਯੁਕਤ ਕਿਸਾਨ ਮੋਰਚੇ 'ਚੋਂ ਜਿਹੜਾ ਪੜ੍ਹ ਕੇ ਗਿਆ ਨਾ ਸਕੂਲ 'ਚੋਂ ਉਹ ਨਹੀਂ ਕਰੇਗਾ ਔਰ ਇਹਨਾਂ ਵਿੱਚੋਂ ਕੋਈ ਵੀ ਜਿਹੜਾ ਉਹ ਜੇ ਉਹਨੂੰ ਉਹ ਲੀਗਲ ਉਹਦੇ ਡਾਕੂਮੈਂਟ ਬਣ ਜਾਂਦਾ ਵੀ ਜਿਹੜੇ ਤੁਸੀਂ ਵਾਅਦੇ ਕਰਦੇ ਹੋ ਉਹ ਜੇ ਨਾ ਪੂਰੇ ਹੋਏ ਤੇ ਉਹਦਾ ਖਮਿਆਜ਼ਾ ਕੀ ਹੋਏਗਾ ਕਿ ਉਹ ਇਹਨਾਂ ਦੀਆਂ ਪ੍ਰੋਪਰਟੀਆਂ ਜ਼ਬਤ ਹੋਣਗੀਆਂ ਜਾਂ ਇਹਨਾਂ ਨੂੰ ਉਹ ਪਾਰਟੀ ਜਿਹੜੀ ਆ ਉਹ ਬਲੈਕ ਲਿਸਟ ਹੋ ਜੇ ਸਮਥਿੰਗ ਸ਼ੁੱਡ ਹੈਪਨ ਔਰ ਵਿਲ ਹੈਪਨ ਜੇ ਇਹਨਾਂ ਜੇ ਇਸ ਤਰ੍ਹਾਂ ਹੋ ਜਾਵੇ ਤੇ ਫਿਰ ਮੇਰੇ ਵੱਲੋਂ ਜਿਹੜਾ ਨਾ ਕੋਈ ਪਾਰਟੀ ਵੀ ਜਿੱਤ ਜਾਵੇ ਕੋਈ ਪਾਰਟੀ ਵੀ ਰੂਲ ਕਰੇ ਇਫ ਦੇ ਆਰ ਅਕਾਊਂਟੇਬਲ ਟ੍ਰਾਂਸਪੇਰੈਂਟ
फरवरी आ गया इलेक्शन दे रिजल्ट निकल लगे आ तुसी देखो भी तुहाडी जजमेंट की ओ दसो सब यस मेरी जजमेंट ए है कि अकाली दल ते बीजेपी ता ओ इथों तक गल नहीं कर सकदा भी लीगल डॉक्यूमेंट होवे क्योंकि ओ लोकां ने जेड़ा ना उनां दा ट्रस्ट डेफिसिट बहुत ज्यादा आम आदमी पार्टी जेड़ा ना ओ क्योंकि हाले तक ओ एस्टैब्लिशमेंट दा हिस्सा नहीं रही लोकी दा पीपल माइट गिव देम द अपॉर्चुनिटी द डाउट कि आने द बेनिफिट ऑफ द डाउट कांग्रेस दा विंग जेड़ा आ जेड़ा अपनी पार्टी दी खल ला रहा ਜਿਹੜਾ ਆਪਣੀ ਪਾਰਟੀ ਨੂੰ ਮੁੜ ਮੁੜ ਜਿਹੜਾ ਨਾ ਉਹ ਘੜੀਸ ਘੜੀਸ ਕੇ ਉਹਨਾਂ ਮੁੱਦਿਆਂ ਤੇ ਲਿਆ ਰਿਹਾ ਜੇ ਉਹ ਵਿੰਗ ਜਿਹੜਾ ਕਾਮਯਾਬ ਹੋ ਜਾਂਦਾ ਤੇ ਫਿਰ ਜਿਹੜਾ ਹੈ ਨਾ ਉਹ ਇਟ ਵਿਲ ਬੀ ਅ ਰੀਅਲ ਗੇਮ ਚੇਂਜਰ ਫਿਰ ਕੋਈ ਵੀ ਪਾਰਟੀ ਜਿੱਤੇ ਤੇ ਕੋਈ ਵੀ ਅਪੋਜੀਸ਼ਨ ਵਿੱਚ ਆਵੇ ਉਹ ਕਸ਼ੀਦ ਹੋ ਕੇ ਆਉਣਗੇ ਤੇ ਆਈ ਡੋਂਟ ਕੇਅਰ ਕੋਈ ਵੀ ਆਵੇ ਜਿਹੜੇ ਮਤਲਬ ਜੇ ਉਹ ਕਮਿਟਿਡ ਬੰਦਾ ਹੈਗਾ ਉਹ ਮੈਨੀਫੈਸਟੋ ਵਾਲੇ ਜਿਹੜੇ ਜਿਹਨਾਂ ਦੀ ਰੂਲਿੰਗ ਪਾਰਟੀ ਆ ਔਰ ਦੂਜਾ ਅਪੋਜੀਸ਼ਨ ਵਿੱਚ ਖਲੋਤਾ ਜਰੂਰੀ ਆ ਪਿਸ਼ੌਰਾ ਸਿੰਘ ਤਾਂ ਵਿਚੋਂ ਨਿਕਲ ਹੀ ਗਏ ਨੇ ਬੜੀ ਚੰਗੀ ਗੱਲ ਆ ਕੋਈ ਗੱਲ ਨੀ ਹੈ ਪਿਸ਼ੌਰਾ ਸਿੰਘ ਜੀ ਜਿਹੜਾ ਮੈਂ ਇਸ ਚੀਜ਼ ਨੂੰ ਜਜਮੈਂਟ ਕਰ ਰਿਹਾ ਗੁਰਪਾਲ ਜੀ ਨੇ ਕਿਸਾਨ ਦੀ ਗੱਲ ਕੀਤੀ ਆ ਕੁਛ ਵੀ ਹੋ ਜਾਵੇ ਅਗਰ ਸਿੱਧੂ ਦਾ ਅਪਰ ਹੈਂਡ ਹੋ ਗਿਆ ਦੀ ਵੇ ਹੀ ਇਜ਼ ਟਾਕਿੰਗ ਅਬਾਊਟ ਇਸ਼ੂਜ਼ ਆਫ ਦਾ ਪਬਲਿਕ ਦੇ ਇਸ਼ੂ ਦੀ ਜੇ ਉਹ ਸਮਝਾਉਣ 'ਚ ਤਕੜਾ ਹੋ ਗਿਆ ਇਵੇਂ ਚੱਲਦਾ ਰਿਹਾ ਕਾਂਗਰਸ ਵਿਲ ਵੀ ਗੋ ਅਪ ਲਿਟ ਵਿਲ ਮਜੋਰਟੀ ਤਾਂ ਨਹੀਂ ਜਾ ਸਕਦੀ ਮੇਰੇ ਤੱਕ ਮੈਨੂੰ ਲੱਗਦਾ ਹੈਗਾ ਉਧਰ ਸੈਕਿੰਡ ਨੰਬਰ ਤੇ ਪੋਸੀਬਿਲਟੀ ਹੈਗੀ ਆ ਆਮ ਪਾਰਟੀ ਦੀ ਸਪੋਰਟ ਨਾਲ ਇਹ ਦੋਨੇ ਜੇ ਕਿਤੇ ਬਣਾ ਗਏ ਪਾਰਟੀ ਆਪਦੀ ਪੰਜਾਬ ਵਿਲ ਬੀ ਏ ਬਿਗ ਚੇਂਜ 2022 ਵਿਨੋਦ ਜੀ ਮੇਰੀ ਜਜਮੈਂਟ ਇਹ ਹੈ ਕਿ ਪੰਜਾਬ ਇਲੈਕਸ਼ਨ 2022 ਵਿਲ ਨੈਵਰ ਬੀ ਦ ਸੇਮ ਐਸ ਰਾਈਟ ਇਟ ਇਜ਼ ਗੋਇੰਗ ਟੂ ਬੀ ਵੈਰੀ 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 ਡਿਫਰੈਂਟ ਐਂਡ ਇਟ ਇਜ਼ ਸਪਰਿੰਗ ਸਰਪ੍ਰਾਈਜ਼ਸ ਸਮਝ ਸੋਚ ਕੇ ਅੱਗੇ ਆਉਣਾ ਪਏਗਾ ਕਿਉਂਕਿ ਦੇ ਵਿਲ ਬੀ ਆਨਸਰੇਬਲ ਟੂ ਪੀਪਲ ਨੂੰ ਹੁਣ ਉਹ ਲੋਕ ਪਿਛਲੇ ਇੱਕ ਪ੍ਰੋਗਰਾਮ ਦੇ ਵਿੱਚ ਵੀ ਮੈਂ ਗੈਰੀ ਜੀ ਆਖਿਆ ਸੀ ਕਿ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹਨਾਂ ਨੇ ਕੁਛ ਨੀ ਸਿੱਖਿਆ ਉਹ ਹਾਲੇ ਉੱਥੇ ਫਿਰਦੀਆਂ ਨੇ ਪਰ ਵੋਟਰ ਨੇ ਬੜਾ ਕੁਛ ਸਿੱਖਿਆ ਵੋਟਰ ਵੋਟਰ ਵਿੱਚ ਵਿਲ ਸੈਟ ਦੈਮ ਸਟ੍ਰੇਟ ਤੇ ਹੋਪਫੁਲੀ ਯੂ ਨੋ ਇਹ ਦੈਟ ਇਜ਼ ਵਾਟ ਵਾਜ਼ ਲੈਕਿੰਗ ਸੋ ਫਾਰ ਜੇ ਅਕਾਊਂਟੇਬਿਲਿਟੀ ਤੇ ਟਰਾਂਸਪੇਰੈਂਸੀ ਆ ਜਾਂਦੀ ਹੈ ਨਾ ਫਿਰ ਕੋਈ ਵੀ ਜਿਹੜਾ ਰੂਲਿੰਗ ਪਾਰਟੀ ਹੋਵੇ ਆਈ ਡੋਂਟ ਕੇਅਰ ਜੇ ਉਹਨਾਂ ਨੂੰ ਲੋਕ ਪੁੱਛਣਗੇ ਨਾ ਸਵਾਲ ਤੇ ਉਹ ਕੋਈ ਵੀ ਹੋਵੇ ਕਿਰਪਾਲ ਜੀ 15 ਸੈਕਿੰਡ ਚ ਖਤਮ ਕਰੀ ਆਪਾਂ ਸੌਰੀ ਦੇਖੋ ਕੀ ਬਣਦਾ ਜੀ ਹੁਣ ਤਾਂ ਇਹੀ ਹੈ ਓਕੇ ਸੋ ਠੀਕ ਗੱਲ ਮੁੱਕ ਗਈ ਅੱਛਾ ਆਈ ਥਿੰਕ ਜੈਂਟਲਮੈਨ ਦਿਸ ਇਜ਼ ਅ ਗ੍ਰੇਟ ਟੌਪਿਕ ਐਂਡ ਐਟ ਦਾ ਐਂਡ ਦੇ ਆਰ ਮੈਂ ਪਿਸ਼ੌਰਾ ਸਿੰਘ ਜੀ ਨਾਲ ਬੜਾ ਚੇਤਨਾ ਦੇ ਸਵਾਲ ਦੇ ਵਿੱਚ ਬੜਾ ਹੱਕ ਚ ਹੈਗਾ ਕਿ ਮੋਦੀ ਜੀ ਨੇ ਜੋ ਡਿਸੀਜ਼ਨ ਕੀਤਾ ਹੈਗਾ ਗੁਰੂ ਨਾਨਕ ਦੇ ਕਿਰਪਾ ਹੋ ਗਈ ਆ ਔਰ ਇੰਡੀਆ ਦਾ ਚੇਂਜ ਆਏਗਾ ਮੈਨੂੰ ਲੱਗਦਾ ਹੈਗਾ ਥੋੜ੍ਹਾ ਜਿਹਾ ਪੰਜਾਬ ਦਾ ਤਾਂ ਚੇਂਜ ਆਉਣਾ ਹੀ ਆਉਣਾ ਵੀ ਹੈ ਆਈ ਥਿੰਕ 2022 ਪਬਲਿਕ ਇੰਨੀ ਐਜੂਕੇਟ ਹੋ ਚੁੱਕੀ ਆ ਉਹ ਅਨਸਰੇਬਲ ਨੇ ਲੋਕ ਇਹ ਪੋਲੀਟੀਸ਼ੀਅਨ ਦੈਟ ਇਜ਼ ਅ ਬਿਗ ਚੇਂਜ ਪੁਲਿਸ ਆਲਸੋ ਅਨਸਰੇਬਲ ਨਾ ਕਿਸੇ ਨੂੰ ਪਕੜ ਕੇ ਤੁਸੀਂ ਕੁੱਟਤਾ ਮਾਰਤਾ ਟੋਰਚਰ ਕਰਤਾ ਦਿਸ ਇਜ਼ ਗੋਨ 2022 ਵਿਲ ਬੀ ਡਿਫਰੈਂਟ ਪਿਸ਼ੌਰਾ ਸਿੰਘ ਆਈ ਰੀਅਲੀ ਐਪਰੀਸ਼ੀਏਟ ਫਾਰ ਯੂਅਰ ਕਮੈਂਟਸ ਥੈਂਕ ਯੂ ਵੈਰੀ ਮੱਚ ਐਵਰੀਥਿੰਗ ਵੀ ਕੈਨ ਕਲੋਜ਼ ਓਕੇ